ਸਤਿ ਸ਼੍ਰੀ ਅਕਾਲ, ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ। ਆਮ ਆਦਮੀ ਪਾਰਟੀ ਵਿੱਚ ਪਏ ਪਾੜੇ ਤੋਂ ਬਾਅਦ ਜਦੋਂ ਤੋਂ ਭਗਵੰਤ ਮਾਨ ਨੇ ਦਿੱਲੀ ਦੀ ਹਾਈ ਕਮਾਨ ਦੇ ਪੱਖ ਦਾ ਝੰਡਾ ਚੁੱਕਿਆ, ਉਸ ਤੋਂ ਬਾਅਦ ਦੇਖਿਆ ਜਾ ਰਿਹਾ ਸੀ ਕਿ ਭਗਵੰਤ ਮਾਨ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਕਾਫੀ ਹਮਲਾਵਰ ਦਿਖਾਈ ਦੇ ਰਹੇ ਸੀ, ਪਰ ਹੁਣ ਅੱਜ ਕੱਲ੍ਹ ਉਹ ਸੁਖਪਾਲ ਸਿੰਘ ਖਹਿਰਾ 'ਤੇ ਨਰਮ ਪੈਂਦੇ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਧੜੇ ਨਾਲ ਜਲਦੀ ਗੱਲਬਾਤ ਸ਼ੁਰੂ ਹੋ ਸਕਦੀ ਹੈ। ਮੈਨੂੰ ਉਮੀਦ ਹੈ ਕਿ ਇਕੱਠੇ ਹੋ ਕੇ ਸਾਰੇ ਮਾਰੇ ਲੜ। ਅੱਛਾ, ਕਦ ਤੱਕ ਤੁਸੀਂ ਜਿਹੜਾ ਪਾਰਟੀ ਇਕੱਠੀ ਕਰਨ 'ਚ ਕਾਮ ਲੱਗਦਾ ਵੀ ਇੱਕ ਦੋ ਦਿਨਾਂ 'ਚ ਗੱਲਬਾਤ ਦਾ ਦੌਰ ਸ਼ੁਰੂ ਹੋ ਜਾਊ? ਪਿਛਲੇ ਦਿਨੀ ਵੀ ਭਗਵੰਤ ਮਾਨ ਨੇ ਇੱਕ ਅਜਿਹਾ ਹੀ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਖਹਿਰਾ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਨੇ। ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਲਾ ਰਹੇ ਨੇ। ਕੋਈ ਗੱਲ ਨਹੀਂ, ਉਹਨਾਂ ਦੀ ਕੋਈ ਕੁਛ ਮੁੱਦਿਆਂ 'ਤੇ ਅਸਹਿਮਤੀ ਹੈ, ਕੋਈ ਗੱਲ ਨਹੀਂ। ਅਸੀਂ ਵੀ ਕੋਈ ਇੱਦਾਂ ਨਹੀਂ ਕਹਿੰਦੇ ਕਿ ਲਕੀਰ ਖਿੱਚ ਲਈ, ਪਰਿਵਾਰਾਂ 'ਚ ਵੀ ਝਗੜੇ ਹੋ ਜਾਂਦੇ ਨੇ, ਅਤੇ ਕੋਈ ਗੱਲ ਨਹੀਂ, ਪਾਰਟੀ ਦਾ ਅੰਦਰੂਨੀ ਮਾਮਲੇ ਨੂੰ ਠੀਕ ਕਰ ਲਾਂਗੇ। ਇਹ ਤਾਂ ਭਗਵੰਤ ਮਾਨ ਦੇ ਹੁਣ ਦੇ ਬਿਆਨ ਨੇ, ਪਰ ਇਸ ਤੋਂ ਪਹਿਲਾਂ ਭਗਵੰਤ ਮਾਨ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਕਾਫੀ ਹਮਲਾਵਰ ਰੁੱਖ ਅਪਣਾਉਂਦੇ ਦਿਖਾਈ ਦੇ ਰਹੇ ਸਨ। ਇੱਕ ਬਿਆਨ ਤੁਹਾਨੂੰ ਪਹਿਲਾਂ ਦਾ ਵੀ ਸੁਣਾ ਦਿੰਦੇ ਆ। ਇਹ ਜੇ ਪੰਜਾਬੀਅਤ ਦੀ ਲੜਾਈ ਨਹੀਂ, ਇਹ ਕੁਰਸੀ ਦੀ ਲੜਾਈ ਹੈ। ਇਹ ਸਾਡੇ ਭੋਲੇ ਭਾਲੇ ਵਲੰਟੀਅਰਾਂ ਨੂੰ ਪੰਜਾਬ ਦਾ ਪੱਤਾ ਖੇਡ ਕੇ ਇਹ ਕਰਨਾ ਚਾਹੁੰਦੇ ਨੇ। ਇਹ ਬਹੁਤ ਹੀ ਚਤਰ ਚਲਾਕ ਅਤੇ ਤਿਕੜਮਬਾਜ਼ੀ ਵਾਲੇ ਨੇ। ਇਹਨਾਂ ਦੇ ਪਿੱਛੇ ਨਾ ਲੱਗ ਜਾਓ ਨਾ ਜੀ, ਕਹਿੰਦੇ ਬਠਿੰਡੇ ਨਹੀਂ ਆਇਆ ਜਿਹੜਾ ਉਹ ਪੰਜਾਬ ਨਾਲ ਨਹੀਂ। ਸੁਖਪਾਲ ਖਹਿਰਾ ਇਜ਼ ਨਾਟ ਅ ਪੰਜਾਬ। ਦਰਅਸਲ ਭਗਵੰਤ ਮਾਨ ਦੇ ਇਹਨਾਂ ਹਮਲਾਵਰ ਬਿਆਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਨੈਸ਼ਨਲ ਹਾਈ ਕਮਾਂਡ ਦੇ ਨਾਲ ਦਿੱਲੀ ਵਿੱਚ ਇਹਨਾਂ ਦੀ ਮੀਟਿੰਗ ਹੋਈ ਦੱਸੀ ਜਾਂਦੀ ਹੈ, ਜਿਸ ਦੇ ਵਿੱਚ ਭਗਵੰਤ ਮਾਨ, ਅਮਨ ਅਰੋੜਾ ਅਤੇ ਕਈ ਦਿੱਲੀ ਹਾਈ ਕਮਾਂਡ ਦੇ ਚਹੇਤੇ ਉਸ ਵਿੱਚ ਸ਼ਾਮਲ ਹੋਏ ਸਨ। ਉਸ ਤੋਂ ਬਾਅਦ ਹੀ ਬਾਹਰ ਆ ਕੇ ਭਗਵੰਤ ਮਾਨ ਨੇ ਆਪਣਾ ਯੂ-ਟਰਨ ਲਿਆ, ਬੈਗੇਅਰ ਪਾਇਆ ਅਤੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਜੋ ਵੀ ਹਮਲਾਵਰ ਰੁੱਖ ਭਗਵੰਤ ਮਾਨ ਵੱਲੋਂ ਅਪਣਾਇਆ ਗਿਆ ਸੀ, ਉਸ 'ਤੇ ਠੰਡੇ ਪੈਂਦੇ ਭਗਵੰਤ ਮਾਨ ਦਿਖਾਈ ਦਿੱਤੇ ਸਨ ਅਤੇ ਹੁਣ ਕੁਝ ਅਜਿਹਾ ਹੀ ਅਗਲੇ ਬਿਆਨਾਂ ਵਿੱਚ ਵੀ ਜ਼ਾਹਿਰ ਹੁੰਦਾ ਦਿਖਾਈ ਦੇ ਰਿਹਾ। ਹੁਣ ਜਦੋਂ ਵੀ ਭਗਵੰਤ ਮਾਨ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਬਾਰੇ, ਉਹਨਾਂ ਦੇ ਧੜੇ ਬਾਰੇ, ਉਹਨਾਂ ਦੀ ਕੀ ਰਾਏ, ਤਾਂ ਉਹ ਕਹਿੰਦੇ ਨੇ ਕਿ ਉਹ ਸਾਡੇ ਹੀ ਬੰਦੇ ਨੇ, ਸਾਡੇ ਹੀ ਲੀਡਰ ਨੇ, ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨਾਲ ਸਾਰਾ ਮਸਲਾ ਸੁਲਝਾ ਲਿਆ ਜਾਏਗਾ। ਅਰਵਿੰਦ ਕੇਜਰੀਵਾਲ ਤੋਂ ਵੀ ਜਦੋਂ ਪੱਤਰਕਾਰਾਂ ਨੇ ਇਸ ਬਾਰੇ ਪੁੱਛਿਆ ਸੀ ਤਾਂ ਉਹਨਾਂ ਨੇ ਵੀ ਆਪਣਾ ਪਰਿਵਾਰਕ ਮਸਲਾ ਦੱਸਦਿਆਂ ਕਿਹਾ ਸੀ ਕਿ ਪਰਿਵਾਰ ਦੇ ਵਿੱਚ ਭਾਂਡੇ ਖੜਕਦੇ ਨੇ, ਜਲਦੀ ਇਸ ਮਸਲੇ ਨੂੰ ਸੁਲਝਾ ਲਿਆ ਜਾਏਗਾ। ਉਸ ਤੋਂ ਬਾਅਦ ਭਗਵੰਤ ਮਾਨ ਵੀ ਕਾਫੀ ਠੰਡੇ ਪੈ ਗਏ ਅਤੇ ਪਹਿਲਾਂ ਉਹ ਕਹਿੰਦੇ ਸਨ ਕਿ ਖਹਿਰਾ ਧੜੇ ਦੇ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਐਂਟੀ ਪਾਰਟੀ ਐਕਟੀਵਿਟੀ ਹੈ, ਪਾਰਟੀ ਵਿਰੋਧੀ ਗਤੀਵਿਧੀ ਹੈ ਅਤੇ ਉਹ ਪਾਰਟੀ ਦੀਆਂ ਰੈਲੀਆਂ ਨਹੀਂ। ਪਰ ਹੁਣ ਉਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਉਸ ਦੇ ਵਿੱਚ ਰੈਲੀਆਂ ਦੇ ਵਿੱਚ ਉਹ ਕੇਜਰੀਵਾਲ ਦੀ ਫੋਟੋ ਲਾਉਂਦੇ ਨੇ, ਸਾਡੇ ਲੀਡਰ ਕੇਜਰੀਵਾਲ ਨੇ। ਇਸ ਕਰਕੇ ਜੋ ਵੀ ਰੈਲੀਆਂ ਖਹਿਰਾ ਧੜੇ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਆਮ ਆਦਮੀ ਪਾਰਟੀ ਦੀਆਂ ਹੀ ਰੈਲੀਆਂ ਨੇ। ਇਸ ਤਰ੍ਹਾਂ ਭਗਵੰਤ ਮਾਨ ਨੇ ਬਿਲਕੁਲ ਯੂ-ਟਰਨ ਆਪਣੇ ਸਟੈਂਡ ਤੋਂ ਇੱਥੇ ਮਾਰ ਲਿਆ ਲੱਗਦਾ। ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਧੜੇ ਵੱਲੋਂ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ਤੋਂ ਦਿੱਲੀ ਹਾਈ ਕਮਾਂਡ ਕਾਫੀ ਚਿੰਤਤ ਹੈ। ਇਸੇ ਕਰਕੇ ਮੀਟਿੰਗ ਕਰਕੇ ਭਗਵੰਤ ਮਾਨ ਦੇ ਧੜੇ ਨੂੰ ਇਹ ਕਿਹਾ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਥੋੜੀ ਨਰਮੀ ਵਰਤੀ ਜਾਣੀ ਚਾਹੀਦੀ ਹੈ। ਜਿੱਥੇ ਭਗਵੰਤ ਮਾਨ ਪਹਿਲਾਂ ਜਦੋਂ ਤੋਂ ਉਹਨਾਂ ਤੋਂ ਪੁੱਛਿਆ ਜਾਂਦਾ ਸੀ ਕਿ ਖਹਿਰਾ ਧੜੇ 'ਤੇ ਕੋਈ ਕਾਰਵਾਈ ਹੋ ਸਕਦੀ ਹੈ, ਤਾਂ ਉਹਨਾਂ ਦਾ ਅਕਸਰ ਕਹਿਣਾ ਹੁੰਦਾ ਸੀ ਕਿ ਇਹ ਖੁਸ਼ਖਬਰੀ ਵੀ ਪਾਰਟੀ ਵਿੱਚੋਂ ਖਹਿਰਾ ਨੂੰ ਕੱਢਣ ਦੀ ਖੁਸ਼ਖਬਰੀ ਵੀ ਪੰਜਾਬ ਦੇ ਲੋਕਾਂ ਨੂੰ ਜਲਦੀ ਦਿੱਤੀ ਜਾਏਗੀ। ਇੰਨੇ ਸਖਤ ਸ਼ਬਦ ਵਰਤਣ ਤੋਂ ਬਾਅਦ ਹੁਣ ਭਗਵੰਤ ਮਾਨ ਆਪਸੀ ਸੁਲ੍ਹਾਂ ਦੀਆਂ ਗੱਲਾਂ ਕਰਦੇ ਦਿਖਾਈ ਦੇ ਰਹੇ ਨੇ। ਇਸ ਦੇ ਪਿੱਛੇ ਕੋਈ ਤਾਂ ਵਜ੍ਹਾ ਜ਼ਰੂਰ ਹੈ। ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਦਾ ਇੱਕੋਦਮ ਇੰਨੇ ਬਦਲ ਜਾਣ ਦੇ ਪਿੱਛੇ ਕੀ ਕਾਰਨ ਹੋ ਸਕਦਾ? ਕੀ ਦਿੱਲੀ ਹਾਈ ਕਮਾਂਡ ਸੁਖਪਾਲ ਸਿੰਘ ਖਹਿਰਾ ਤੋਂ ਡਰ ਗਈ ਹੈ ਕਿ ਜਾਂ ਫਿਰ ਕੋਈ ਹੋਰ ਰਣਨੀਤੀ ਦਿੱਲੀ ਹਾਈ ਕਮਾਂਡ ਦੇ ਵੱਲੋਂ ਖਹਿਰਾ ਮਸਲੇ 'ਤੇ ਅਪਣਾਈ ਜਾ ਰਹੀ ਹੈ? ਇਸ ਬਾਰੇ ਤੁਹਾਡੀ ਕੀ ਰਾਏ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਇਸੇ ਤਰ੍ਹਾਂ ਨਿਰਪੱਖਤਾ ਦੇ ਨਾਲ ਪੰਜਾਬ ਦੀ ਹਰ ਖਬਰ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਦਾ ਰਹਾਂਗਾ। ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ।